ਤੇ ਸਦੀਵੀ ਰੰਗ ਕਿਹੜਾ? ਸਤਿਗੁਰੂ ਕਹਿੰਦੇ ਇੱਕ ਰੰਗ ਤੈਨੂੰ ਦੱਸਦੇ ਆ, ਅਗਰ ਕਿਤੇ ਉਹ ਰੰਗ ਤੂੰ ਆਪਣੇ ਜੀਵਨ ਵਿੱਚ ਰੰਗ ਲਵੇ ਨਾ, ਫਿਰ ਉਹ ਰੰਗ ਐਸਾ ਰੰਗ ਹੈ ਮੁੜ ਕੇ ਉਤਰਦਾ ਨਹੀਂ। ਆਖੋ ਸਤਨਾਮ। ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ। ਕਿਤੇ ਨਾਮ ਰੂਪੀ ਮਜੀਠ ਰੰਗ ਰੰਗ ਲਵੇ ਆਪਣੇ ਜੀਵਨ ਵਿੱਚ, ਵਾਹਿਗੁਰੂ ਦੀ ਪੈ ਜਾਵੇ ਨਜ਼ਰ ਤੇਰੇ ਉੱਤੇ ਮਿਹਰ ਭਰੀ, ਫਿਰ ਕੀ ਹੋਵੇਗਾ? ਰੰਗਣ ਵਾਲਾ ਜੇ ਰੰਗਾ ਸਾਹਿਬ, ਉਹ ਵਾਹਿਗੁਰੂ ਲਲਾਰੀ ਸਰੂਪ ਹੋ ਕੇ ਤੇਰਾ ਜੀਵਨ ਦੇਵੇ ਰੰਗ, ਉਹ ਰੰਗਰੇਜ਼ ਬਣ ਕੇ ਤੇਰੇ ਜੀਵਨ ਨੂੰ ਰੰਗ ਚਾੜ ਦੇਵੇ ਨਾ, ਐਸਾ ਰੰਗ ਨਾ ਡੀਠ। ਸੰਸਾਰ ਵਿੱਚ ਫਿਰ ਇਹਦੇ ਬਰਾਬਰ ਦਾ ਕੋਈ ਦੂਜਾ ਰੰਗ ਨਹੀਂ। ਇਹਦੀ ਜਿਹੜੀ ਝਲਕ ਹੈ, ਇਹਦੀ ਜਿਹੜੀ ਚਮਕ ਹੈ, ਉਹ ਕਿਸੇ ਹੋਰ ਦੇ ਕੋਲ ਨਹੀਂ ਹੋਵੇਗੀ। ਮੈਂ ਕਈ ਵਾਰੀ ਬੇਨਤੀ ਕਰਦਾ, ਤੁਸੀਂ ਤੇ ਮਹਾਂਪੁਰਖਾਂ ਦੇ ਸੰਗੀ ਹੋ, ਮਹਾਂਪੁਰਖਾਂ ਨੇ ਵੀ ਆਪਣੇ ਜੀਵਨ ਨੂੰ ਐਸਾ ਕੋਈ ਰੰਗ ਚਾੜਿਆ ਜਿਹੜੇ ਰੰਗ ਨੂੰ ਅੱਜ ਵੀ ਆਪਾਂ ਸਾਲਾਂ ਬਾਅਦ ਮੁੜ ਮੁੜ ਕੇ ਵੇਖਣ ਦੀ ਕੋਸ਼ਿਸ਼ ਕਰ ਰਹੇ ਹਾਂ।